ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਕਬੱਡੀ ਦੀ ਗੱਲ ਕਰ ਰਹੇ ਹੈਗੇ ਆ ਇੱਕ ਬਹੁਤ ਵੱਡੇ ਮਾੜੇ ਹਾਲਾਤ ਇੱਕ ਮਾੜੇ ਜਿਹੜੇ ਆਪਾਂ ਕਹਿ ਸਕਦੇ ਆ ਪੀਤੇ ਦੇ ਨੇ ਇੱਕ ਬਹੁਤ ਮੰਦ ਭਾਗੀ ਘਟਨਾ ਵਾਪਰੀ ਆ ਕਬੱਡੀ ਦਾ ਗਲੈਡੀਏਟਰ ਜਿਹਨੂੰ ਕਹਿੰਦੇ ਸੀ ਸੰਦੀਪ ਸਿੰਘ ਨੰਗਲੰਬੀਆ ਦੇ ਆਪਾਂ ਕਬੱਡੀ ਦੀ ਗੱਲ ਕਰਦੇ ਆ ਤੇ ਇਹ ਕੁਝ ਨਾ ਗਣਮੇ ਚਣਮੇ ਨਾ ਆ ਜਿਹੜੇ ਕਹਦੀਏ ਵੀ ਇਹਨੂੰ ਇੱਕ ਖੇਤਾਂ ਤੋਂ ਜਿਹੜਾ ਰੜੇ ਮੈਦਾਨਾਂ ਦੇ ਵਿੱਚ ਜਿਹੜੀ ਖੇਡੀ ਜਾਂਦੀ ਸੀ ਖੇਤਾਂ 'ਚ ਖੇਡੀ ਜਾਂਦੀ ਕਬੱਡੀ ਸੀ ਉਹਨੂੰ ਇਹ ਸਿਖਰਾਂ ਤੇ ਲੈ ਗਿਆ ਦੁਨੀਆਂ ਦੀਆਂ ਬੁਲੰਦੀਆਂ ਤੇ ਕਬੱਡੀ ਜਿਹੜੀ ਅੱਜ ਪਹੁੰਚ ਚੁੱਕੀ ਸੀ ਪਰ ਇੱਕ 14 ਮਾਰਚ ਨੂੰ ਜਿਹੜੀ ਘਟਨਾ ਵਾਪਰੀ ਹੈਗੀ ਆ ਇੱਕ ਸਟਾਰ ਤਰੂ ਤਾਰਾ ਆਪਾਂ ਕਹਿ ਸਕਦੇ ਆ ਕਬੱਡੀ ਦਾ ਜਿਹੜਾ ਉਹ ਇੱਕ ਮਾੜੇ ਹਾਲਾਤਾਂ ਦੀ ਭੇਂਟ ਚੜ ਗਿਆ ਸਾਡਾ ਜਿਹੜਾ ਬਹੁਤ ਮਹਾਨ ਖਿਡਾਰੀ ਸੀਗਾ ਤੇ ਕਬੱਡੀ ਦੀ ਦੁਨੀਆ ਦੇ ਵੱਡੇ ਮੰਨੇ ਪ੍ਰਮੰਨੇ ਪ੍ਰੋਮੋਟਰ ਬੇਅਰੀਆ ਸਪੋਰਟਸ ਕਲੱਬ ਦੇ ਬਲਜੀਤ ਸਿੰਘ ਸੱਧੂ ਸਾਡੇ ਨਾਲ ਜੁਹਾਜ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਹਨ ਹਾਲਾਤਾਂ ਦੇ ਵਿੱਚ ਜਿਹਨਾਂ ਹਾਲਾਤਾਂ ਚੋਂ ਅੱਜ ਕਬੱਡੀ ਗੁਜ਼ਰ ਰਹੀ ਹੈਗੀ ਆ ਤੇ ਇਹ ਤੋਂ ਕਿੱਦਾਂ ਨਿਕਲਣਾ ਹੈ ਤੇ ਇਹ ਜਿਹੜੇ ਹਾਲਾਤ ਬਣੇ ਹੈਗੇ ਆ ਖਿਡਾਰੀਆਂ ਦੀ ਸੁਰੱਖਿਆ ਦੇ ਸਵਾਲ ਹੈਗੇ ਆ ਕਬੱਡੀ ਦਾ ਭਵਿੱਖ ਕੀ ਆ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਬਲਜੀਤ ਸਿੰਘ ਸੱਧੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜ ਸਰਨ ਸੱਗੀ ਗੱਲ ਸੰਗੀ ਇੱਕ ਬਹੁਤ ਮੰਦ ਭਾਗੀ ਜਿਹੜੀ ਘਟਨਾ ਵਾਪਰੀ ਹੈਗੀ ਇੱਕ ਬਹੁਤ ਵੱਡਾ ਨੁਕਸਾਨ ਹੈਗਾ ਪਹਿਲਾਂ ਜਿਹੜਾ ਨੁਕਸਾਨ ਕਬੱਡੀ ਨੂੰ ਹੋਇਆ ਇਹਨੂੰ ਕਿੱਦਾਂ ਦੇਖਦੇ ਤੁਸੀਂ ਇਹ ਕਬੱਡੀ ਦਾ ਤਾਂ ਬਹੁਤ ਵੱਡਾ ਨੁਕਸਾਨ ਹੋਇਆ ਹਾਲੇ ਕਿੱਦਾਂ ਪੂਰਾ ਕਰਨਾ ਇਹ ਤਾਂ ਖਾਲੀ ਕੁਝ ਨਹੀਂ ਸੁਝ ਰਿਹਾ ਹਾਲੇ ਤਾਂ ਪਹਿਲਾਂ ਇਹ ਸਕਿਰਿਆ ਸੰਦੀਪ ਦਾ ਇਨਸਾਫ ਮਲੇ ਉਸ ਤੋਂ ਬਾਅਦ ਸਾਡੇ ਸਾਰੇ ਸਾਥੀਆਂ ਦੀ ਜਿਹਨੇ ਸਾਡੇ ਗਰੁੱਪ ਆ ਇੰਗਲੈਂਡ ਕੈਨੇਡਾ ਅਮਰੀਕਾ ਸਾਰੀਆਂ ਫੋਟੇਸ਼ਨਾਂ ਦੇ ਨਾਲ ਇਕੱਠੇ ਹੋ ਕੇ ਉਹਦੇ ਬਾਰੇ ਪਲਾਨ ਕਰਾਂਗੇ ਕਿ ਕਿੱਦਾਂ ਇਹ ਤੋਂ ਬਾਹਰ ਨਿਕਲੇ ਜਾਵੇ ਤੁਹਾਡੇ ਬਹੁਤ ਕਰੀਬੀ ਜਾਣੇ ਜਾਂਦੇ ਸੀਗੇ ਸੰਦੀਪ ਸਿੰਘ ਨੰਗਲ ਅੰਮੀਆਂ ਤੁਹਾਡਾ ਪਰਿਵਾਰਕ ਤੁਹਾਨੂੰ ਬੋਸ ਕਹਿੰਦੇ ਸੀ ਪੇਤਾਰ ਦਾ ਤੁਹਾਡਾ ਪਰਿਵਾਰ ਸੀਗਾ ਤੁਹਾਡੇ ਲਈ ਕਾਟਾ ਬਹੁਤ ਬਹੁਤ ਜ਼ਿਆਦਾ ਵੱਡਾ ਹੈਗਾ ਕਿੱਦਾਂ ਇਹ ਜਿਹੜਾ ਤੁਹਾਡੇ ਨਾਲ ਉਹਨਾਂ ਦਾ ਰਿਸ਼ਤਾ ਸੀਗਾ ਉਹਨੂੰ ਕਿੱਦਾਂ ਤੁਸੀਂ ਦੇਖਦੇ ਤੇ ਕੀ ਕਹਿਣਾ ਚਾਹੁੰਗੇ ਉਹਦੇ ਬਾਰੇ ਕਿੱਦਾਂ ਉਹਦੇ ਲੱਖਾਂ ਹੀ ਨੇ ਜਿਹੜਾ ਸੰਦੀਪ ਦੇ ਪ੍ਰੇਮੀ ਆ ਕਬੱਡੀਆਂ ਦੇ ਵਿੱਚ ਪਰ ਮੇਰਾ ਉਹਨਾਂ ਨਾਲ ਰਿਸ਼ਤਾ ਕਬੱਡੀ ਤਾਂ ਰਹੀ ਸੀ ਪਰ ਮੇਰਾ ਪਰਿਵਾਰਕ ਰਸਤਾ ਆ ਪਰ ਉਹ ਮੈਨੂੰ ਬਹੁਤੀ ਦੱਸਣ ਦੀ ਲੋੜ ਨਹੀਂ ਉਹਦਾ ਪਰਿਵਾਰ ਜਾਣਦਾ ਤੇ ਬਾਕੀ ਸਾਰੀ ਦੁਨੀਆ ਹੀ ਜਾਣਦੀ ਆ ਸੰਦੀਪ ਦਾ ਤਾਂ ਮੇਰਾ ਕੀ ਰਸਤਾ ਸੀ ਆਮ ਜਿਹੜਾ ਇੱਕ ਲੋਕ ਹੈਗੇ ਆ ਜਾਂ ਖੇਡ ਪ੍ਰੇਮੀ ਹੈਗੇ ਉਹਨੂੰ ਕਬੱਡੀ ਖਿਡਾਰੀ ਦੇ ਤੌਰ ਤੇ ਦੇਖਦੇ ਹੈਗੇ ਆ ਤੁਸੀਂ ਬਹੁਤ ਜ਼ਿਆਦਾ ਕਰੀਬੀ ਸੀਗੇ ਇੱਕ ਖਿਡਾਰੀ ਤੋਂ ਇਲਾਵਾ ਉਹਦਾ ਕਬੱਡੀ ਨੂੰ ਉੱਪਰ ਚੱਕਣ ਦੇ ਵਿੱਚ ਖਿਡਾਰੀਆਂ ਨੂੰ ਹਲਾਸ਼ੇਰੀ ਦੇਣ ਦੇ ਵਿੱਚ ਮਾ ਖੇਡ ਕਬੱਡੀ ਨੂੰ ਉੱਪਰ ਲੈ ਜਾਂਦੇ ਵਿੱਚ ਕਿੰਨਾ ਯੋਗ ਹੈ ਕਿਉਂਕਿ ਆ ਆਪਾਂ ਨੂੰ ਪਤਾ ਹੈ ਕਿ ਬਹੁਤ ਡੀ ਗੰਤੀ ਵਿੱਚ ਉਹ ਵਿਦੇਸ਼ਾਂ ਵਿੱਚ ਜਿਹੜੇ ਖਿਡਾਰੀ ਸੈਟਲ ਹੋਏ ਆ ਪੱਕੇ ਤੌਰ ਤੇ ਰਹਿ ਗਿਆ ਉਹਦੇ ਵਿੱਚ ਇਹੋ ਜਿਹੇ ਜਿਹੜੇ ਖਿਡਾਰੀ ਹੈਗਾ ਸੰਦੀਪ ਸਿੰਘ ਨੰਗਲੰਬੀਆਂ ਦਾ ਜਿਹੜਾ ਯੋਗਦਾਨ ਹੈ ਉਹ ਬਹੁਤ ਵੱਡਾ ਹੈਗਾ ਖਿਡਾਰੀ ਤੋਂ ਇਲਾਵਾ ਉਹਦੀ ਜਿਹੜੀ ਦੇਣ ਹੈਗੀ ਕਬੱਡੀ ਨੂੰ ਉਹਨੂੰ ਕਿੱਦਾਂ ਬਿਆਨ ਕਰੋਗੇ ਜਿਸ ਤਰ੍ਹਾਂ ਹੁਣ ਉਹ ਕਬੱਡੀ ਖੇਡਦਾ ਵੀ ਸੀ ਜਿਹੜੀ ਮੇਜਰ ਲੀਗ ਫੈਡਰੇਸ਼ਨ ਵੀ ਚਲਾਉਂਦਾ ਸੀ ਸਾਡਾ ਅਮਰੀਕਾ ਦੇ ਵਿੱਚ ਬੀਰੀਆ ਸਪੋਰ ਮੈਟਰੋ ਸਪੋਰਟਸ ਕਲੱਬ ਟੋਰਾਂਟੋ ਬੈਂਕੂਵਰ ਸਪੋਰਟਸ ਕਲੱਬ ਸਾਡੇ ਗਿਆਨਪਾਜੀ ਉਹਨਾਂ ਦਾ ਤੇ ਮਲਕੀ ਦਿਓਲ ਉਹਨਾਂ ਦਾ ਟੋਰਾਂਟੋ ਦੇ ਵਿੱਚ ਸਾਡਾ ਉਹ ਸਾਰੇ ਚਾਰ ਕਲੱਬਾਂ ਦੀ ਮੇਜਰ ਲੀਗ ਦੀ ਤੇ ਬਾਕੀ ਇੰਗਲੈਂਡ ਦੀ ਕਵੱਡੀ ਦਾ ਕੈਪਟਨ ਵੀ ਸੀਗਾ ਉਹਨਾਂ ਦੀ ਇੰਗਲੈਂਡ ਦੀ ਟੀਮ ਬਾਰੇ ਵੀ ਸੋਚਣਾ ਉਹ ਸਾਰਾ ਹੀ ਇੱਕ ਪਲੈਨਿੰਗ ਦੇ ਨਾਲ ਉਹਦਾ ਦਿਨ ਤੋਂ ਰਾਤ ਇੱਕ ਕਵੱਡੀ ਬਾਰੇ ਸੋਚਣੀ ਸੀ ਜੀ ਸੋ ਕਵੱਡੀ ਬਾਰੇ ਸੋਚਦਾ ਸੀ ਉਹਦਾ ਇੱਕ ਖੇਡਦਾ ਵੀ ਸੀ ਤੇ ਨਾਲ ਸਾਰੀਆਂ ਸੰਸਥਾ ਵੀ ਚਲਾਉਂਦਾ ਸੀ ਇਹ ਦੇ ਕਹੀਏ ਤੇ ਪੂਰੀ ਜ਼ਿੰਦਗੀ ਆਪਣੀ ਉਹਨੇ ਕਬੱਡੀ ਨੂੰ ਸਮਰਪਿਤ ਕਰ ਦਿੱਤੀ ਤੇ ਉਹ ਤਾਂ ਬਹੁਤ ਵੱਡੀ ਅਤਕਥਨੀ ਨਹੀਂ ਹੋਗੀ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਜਿਹੜੇ ਕਹਿੰਦੇ ਆ ਸੰਦੀਪ ਲੋਧੜ ਹੋ ਗਿਆ ਦੁੱਲਾ ਹੋ ਗਿਆ ਖੁਸ਼ੀ ਹੋ ਗਿਆ ਇਹ ਸਾਰੇ ਨਾਂ ਆ ਸਮੇਂ-ਸਮੇਂ ਉੱਪਰ ਜਿਹੜੇ ਆਉਂਦੇ ਰਹੇ ਹੈਗੇ ਉਹ ਤਰਾਜ ਦਾ ਕਬੱਡੀ ਵਿੱਚ ਆਉਂਦੇ ਰਹਿੰਦੇ ਆ ਕੋਈ ਸਟਾਰ ਕਦੀ ਕੋਈ ਉੱਪਰ ਆ ਕਦੀ ਕੋਈ ਆ ਗਿਆ ਪਰ ਸੰਦੀਪ ਨੰਗਲ ਲੰਬੀਆਂ ਜਿਹੜਾ ਉਹ ਸਦਾ ਬਹਾਰ ਜਿਹੜਾ ਇੱਕ ਜਿਹੜਾ ਖਿਡਾਰੀ ਸੀਗਾ ਕੀ ਕਹੋਗੇ ਜੀ ਆਪਾਂ ਦੇਖ ਲਓ ਤੁਸੀਂ ਉਹ 13-14 ਸਾਲ ਦਾ ਕਬੱਡੀ ਖੇਡਣੇ ਸ਼ੁਰੂ ਕੀਤੀ ਸੀ ਉਸ ਸਕੂਲ ਦੇ ਵਿੱਚੋਂ ਹੁਣ ਤੇ 24 ਸਾਲ ਖੇਡੇ ਨੇ ਹੋਏ ਸੀ। ਜੀ। ਹਾਲੇ ਵੀ ਜਿਹੜੇ ਉਹ ਅੱਧੀ ਉਮਰ ਤੇ ਜਪ ਉਹਨਾਂ ਨੂੰ ਜੱਫੀ ਲਾਉਂਦਾ ਸੀਗਾ ਨਾਲ ਟੀਮ ਬਹੁਤ ਵਧੀਆ ਖੜਾਉਂਦਾ ਸੀ। ਜੀ। ਤੇ ਸੰਦੀਪ ਮੇਰੇ ਖਿਆਲ ਦੇ ਤਾਂ ਇਸ ਸਦੀ ਦਾ ਸਭ ਤੋਂ ਵਧੀਆ 플레이ਰ ਤਿੰਨ ਸਾਨੇ। ਬਿਲਕੁਲ ਬਿਲਕੁਲ ਬਹੁਤ ਵੱਡਾ ਖਿਡਾਰੀ ਸੀਗਾ ਹੁਣ ਪੇ ਕਵੱਡੀ ਦੀ ਗੱਲ ਕਰਦੀਆਂ ਇਹ ਜਿਹੜੀ ਮੰਦਭਾਗੀ ਘਟਨਾ ਹੋਈ ਹੈ ਇਸ ਜਿਹੜੀ ਕਵੱਡੀ ਹੋਂ ਵੇਲੇ ਦੇਖਦੇ ਵੀ ਸਿਖਰ ਚੋਟੀ ਤੇ ਪਹੁੰਚ ਚੁੱਕੀ ਸੀ ਇਸ ਕਵੱਡੀ ਦੇ ਅਸਰ ਕੀ ਹੋਊਗਾ ਜਿਹੜਾ ਸੰਦੀਪ ਨੰਗਲੰਮੀਆ ਚੜ੍ਹਦੀ ਜਵਾਨੀ ਦੇ ਵਿੱਚ ਮਾਰਕੀਟ ਕਵੱਡੀ ਚ ਨਿਕਲ ਗਿਆ ਸਾਡੇ ਕੋਲ ਮੇਰੇ ਖਿਆਲ ਦੇ ਹਿਸਾਬ ਨਾਲ ਮੇਰੀ ਆਪਣੀ ਸੋਚਨੀ ਹੈ ਮੈਂ ਗਲਤ ਵੀ ਹੋ ਸਕਦਾ ਜਿਹੜੀ ਸੰਦੀਪ ਕਵੱਡੀ ਦੇ ਜੀਂਦੇ ਉਹ ਟਰਾਈ ਕੀਤੀ ਸੀ ਵੀ ਆਹ ਡਰਗ ਦਾ ਜਾਂ ਕੋਈ ਹੋਰ ਇਸ਼ੂ ਬਾਹਰ ਕੱਢਿਆ ਨੂੰ ਉਹਦਾ ਸੋਚਣੀ ਸੀ ਇਹ ਪਰ ਮੇਰੇ ਖਿਆਲ ਕੋ ਕਬੱਡੀ ਲਈ ਸ਼ਹੀਦ ਹੋ ਗਿਆ ਇਸ ਟਾਈਮ ਤੇ ਜਰੂਰ ਲੱਗ ਰਿਹਾ ਹੋਵੇ ਕਬੱਡੀ ਤੱਕ ਕੀ ਬਣੂਗਾ ਕੀ ਨਹੀਂ ਬਣੂਗਾ ਪਰ ਉਹਦੀ ਜਿਹੜੀ ਸ਼ਹੀਦੀ ਆ ਕਬੱਡੀ ਦੀ ਉਹ ਉਪਸਫਲਤਾ ਹੀ ਪਾਥੇ ਜਾਊਗੀ ਬਿਲਕੁਲ ਜੀ ਮਹਾਨ ਸ਼ਹਾਦਤ ਜਿਹੜੀ ਕਬੱਡੀ ਦੇ ਨਾਂ ਤੇ ਜਿਹੜੀ ਆ ਸੰਦੀਪ ਸਿੰਘ ਨੰਗਲ ਅੰਬੀਆਂ ਦੀ ਹੋਈ ਹੈ ਉਹਦੀ ਸ਼ਹਾਦਤ ਜਿਹੜੀ ਅਜਾਈ ਨਹੀਂ ਜਾਏਗੀ ਮਾਂ ਖੇਡ ਕਬੱਡੀ ਨੂੰ ਜੇ ਅੱਜ ਖੇਤਾਂ ਚੋਂ ਕੱਢ ਕੇ ਦੁਨੀਆ ਦੀ ਮਹਾਨ ਗਰਾਊਂਡਾਂ ਦੇ ਵਿੱਚ ਜੇ ਲੈ ਕੇ ਆਂਦਾ ਤਾਂ ਉਹ ਜਿਹੜੀ ਕੁਰਬਾਨੀ ਅਜਾਈ ਜਾਣੀ ਵੀ ਨਹੀਂ ਚਾਹੀਦੀ ਜਿਹਦੇ ਸਾਥੀ ਖਿਡਾਰੀ ਆ ਬਲਜੀਤ ਸਿੰਘ ਸੰਧੂ ਹੋਣਾ ਵਰਗੇ ਜਿਹੜੇ ਪ੍ਰਮੋਟਰ ਹੈਗੇ ਆ ਸੰਸਥਾਵਾਂ ਦੇ ਮਾਲਕ ਹੈਗੇ ਆ ਕਬੱਡੀ ਨੂੰ ਖੁਣਾਉਂਦੇ ਆ ਉਹ ਜੀਤੋੜ ਜਿਹੜੀ ਉਹ ਕੋਸ਼ਿਸ਼ ਕਰਨ ਕਿ ਮੌੜ ਤੋਂ ਜਿਹੜਾ ਕਬੱਡੀ ਤੇ ਵਿੱਚ ਜਿਹੜਾ ਇੱਥੇ ਖਿਡਾਰੀਆਂ ਦਾ ਖੇਡ ਪ੍ਰੇਮੀਆਂ ਦਾ ਜਿਹੜਾ ਵਿਸ਼ਵਾਸ ਉਹ ਬ ਉਹ ਤਾਂ ਵੱਡੀ ਗੱਲ ਇਹ ਵੀ ਕਿਉਂਕਿ ਆਪਾਂ ਅਤੀਤ ਤੋਂ ਸਿੱਖਦੇ ਹੈਗੇ ਆਂ ਇਹ ਘਟਨਾ ਬਹੁਤ ਵੱਡੀ ਵਾਪਰੀ ਹੈਗੀ ਆ ਇੱਕ ਤਰ੍ਹਾਂ ਦਾ ਕਬੱਡੀ ਦਾ ਲੱਕ ਤੋੜਨ ਦੀ ਕੋਸ਼ਿਸ਼ ਕੀਤੀ ਗਈ ਇਹਦੇ ਤੋਂ ਨਿਕਲ ਲਈ ਜਾਂ ਕਬੱਡੀਆਂ ਜਿਹੜੇ ਖਿਡਾਰੀ ਹੈਗੇ ਆ ਕਬੱਡੀ ਨਾਲ ਜੁੜੀਆਂ ਸਖਸ਼ੀਤਾ ਹੈਗੀਆਂ ਆ ਉਹਨਾਂ ਦੀ ਸੁਰੱਖਿਆ ਵਾਸਤੇ ਗਾਹਾਂ ਔਰ ਗਾਉਂ ਆਉਣ ਵਾਲੇ ਪ੍ਰੋਕੈਸ ਚ ਆਪਾਂ ਕਿਹੋ ਜਿਹਾ ਪ੍ਰਬੰਧ ਕਰਨਾ ਚਾਹਾਂਗੇ ਜਾਂ ਸਰਕਾਰ ਤੋਂ ਮੰਗ ਕਰਾਂਗੇ ਸਰਕਾਰ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਪਤਾ ਕੋ ਕਿ ਜਦੋਂ ਇੱਕ ਦਰਖਤ ਦੀ ਜੜ੍ਹ ਆ ਜੀ ਉਹ ਹੀ ਕੱਟਦੀ ਹੈ ਤੇ ਦਰਖਤ ਖੜ ਹੀ ਜਾਂਦਾ ਪਰ ਅਸੀਂ ਇਹ ਜ਼ਰੂਰ ਟਰਾਈ ਕਰਾਂਗੇ ਕਿ ਸੰਦੀਪ ਉੱਥੇ ਹੀ ਕਿ ਜਸਨੋ ਸੰਦੀਪ ਦਾ ਪਹਿਲਾਂ ਚੱਲਦਾ ਸੀ ਉਦਾਂ ਹੀ ਚੱਲੇ ਜੋ ਉਹਦੀ ਸੋਚਣੀ ਸੀ ਉਹ ਸੋਚਣੀ ਤੇ ਹੀ ਫੁੱਲ ਚਾੜਾਂਗੇ ਜੀ ਤੇ ਬਾਕੀ ਗਵਰਨਮੈਂਟ ਦਾ ਇਹ ਕੱਲ ਕਬੱਡੀ ਤੇ ਨਹੀਂ ਫਰਕ ਪੈਣਾ ਜੀ ਇਹ ਜਿੰਨੇ ਐਨ ਆਰ ਆਈ ਸਾਡੇ ਸਾਰੇ ਆ ਉਹ ਕੋਈ ਵੀ ਇਸ ਟੈਪ ਤੇ ਸੇਫ ਨਹੀਂ ਸਮਝਦਾ ਇੱਥੇ ਜੇ ਐਨ ਆਰ ਆਈ ਆਪਾਂ ਇੱਥੇ ਆਉਣਗੇ ਕਬੱਡੀ ਪਰ ਕਿੰਨੇ ਕਰੋੜਾਂ ਕਰੋੜਾਂ ਰੁਪਏ ਖਰਚਦੇ ਹਰੇਕ ਸਾਲ ਇਸ ਟਾਈਮ ਤੇ ਹਰੇਕ ਐਨ ਆਰ ਆਈ ਡਰ ਰਿਹਾ ਮੈਂ ਗਵਰਨਮੈਂਟ ਨੂੰ ਇਹ ਬੇਨਤੀ ਕਰਦਾ ਵੀ ਜੋ ਸੰਦੀਪ ਦਾ ਕਤਲ ਹੋਇਆ ਉਹਦੇ ਐਨ ਡੂੰਘਾਈ ਤੇ ਜਾ ਕੇ ਚਾਹੇ ਕੋਈ ਵੀ ਹੋਵੇ ਚਾਹੇ ਸਾਡੇ ਚੋ ਹੋਵੇ ਚਾਹੇ ਕੋ ਬਾਹਰ ਹੋਵੇ ਉਹਦੀ ਡੂੰਘਾਈ ਤੇ ਜਾ ਕੇ ਉਹਨਾਂ ਨੂੰ ਸਾਫ ਦਿੱਤਾ ਜਾਵੇ ਤਾਂ ਐਨ ਆਰ ਆਈ ਜਿੰਨੇ ਵੀ ਐਨ ਆਰ ਆਈ ਆ ਸਾਡੇ ਭਰਾ ਉਹਨਾਂ ਦੀ ਸੇਫਟੀ ਬਾਰੇ ਸੋਚਿਆ ਜਾਵੇ ਤਾਂ ਕਿ ਆਪਣੇ ਮੋਲਕ ਨੂੰ ਆਪਣੀ ਧਰਤੀ ਜਿੱਥੇ ਜੰਮੇ ਆ ਉਹ ਆਪਣੇ ਆ ਸਕਣ ਕਬੱਡੀ ਵਾਸਤੇ ਤਾਂ ਬਹੁਤ ਵੱਡਾ ਘਾਟਾ ਪਿਆ ਹੈਗਾ ਸੁਰੱਖਿਆ ਦੀ ਸਰਕਾਰ ਤੋਂ ਜਿਹੜੀ ਮੰਗ ਕੀਤੀ ਜਾ ਰਹੀ ਹੁਣ ਤੱਕ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਹੈਗੀ ਆ ਆਪਾਂ ਦੇਖਿਆ ਵੀ ਕੁਝ ਜਿਹੜੇ ਗੈਂਗਸਟਰ ਆ ਉਹ ਰਿਮਾਂਡ ਤੇ ਵੀ ਲੈ ਗਏ ਆ ਕੁਝ ਲੋ ਫੜੇ ਵੀ ਗਏ ਹੈਗੇ ਆ ਪਰ ਇਹੋ ਜਿਹੇ ਹਾਲਾਤ ਬਣੇ ਹੀ ਕਿਉਂ ਤੇ ਭਵਿੱਖ ਵਿੱਚ ਆਪਾਂ ਇਹਨਾਂ ਨੂੰ ਰੋਕਣ ਬਾਅਦ ਤੇ ਸਰਕਾਰ ਵੱਲੋਂ ਜਰੂਰ ਜਿਹੜੇ ਉਹ ਯਤਨ ਕੀਤੇ ਜਾਣ ਦੀ ਲੋੜ ਹੈਗੀ ਆ ਹੁਣ ਆਪਾਂ ਕਰੀਏ ਸਰਕਾਰ ਦੀ ਕਾਰਗੁਜ਼ਾਰੀ ਤੇ ਕਿਉਂਕਿ ਸੰਦੀਪ ਨੰਗਲ ਅੰਬੀਆਂ ਇੱਕ ਕੱਲਾ ਖਿਡਾਰੀ ਇੱਕ ਖਿਡਾਰੀ ਨਹੀਂ ਇੱਕ ਬਹੁਤ ਵੱਡਾ ਦਰਖਤ ਸਿਗਾ ਕਬੱਡੀ ਦੀ ਖੇਡ ਦਾ ਤੇ ਉਹਦੇ ਬਾਅਦ ਤੇ ਸਰਕਾਰ ਵੱਲੋਂ ਕੀ ਤੁਸੀਂ ਮੰਗ ਕਰਦੇ ਹੋ ਕਿ ਉਹਦੇ ਨਾਂ ਤੇ ਕਿਤੇ ਸਟੇਡੀਅਮ ਦਾ ਨਾਂ ਜਾਂ ਇਹ ਕੋਈ ਉਹਦੇ ਨਾਂ ਤੇ ਕੋਈ ਬਹੁਤ ਵੱਡਾ ਕੀ ਖੇਡ ਆਯੋਜਨ ਕੁਝ ਇਹੋ ਜਿਹਾ ਕੀਤੇ ਜਾਣ ਦੀ ਲੋੜ ਹੈਗੀ ਆ ਕੀ ਸਰਕਾਰ ਤੋਂ ਮੰਗੀ ਕਰੋਗੇ ਪਹਿਲਾਂ ਤਾਂ ਸੋ ਫਾਰ ਜਿੰਨੀ ਪੁਲਿਸ ਨੇ ਵੀ ਸਾਰੀ ਇਨਵੈਸਟਿਗੇਟ ਕੀਤੀ ਆ ਜੋ ਚੱਲ ਰਿਹਾ ਅਸੀਂ ਉਹਨਾਂ ਨੂੰ ਵੀ ਇਹੀ ਕਿਹਾ ਸੀ ਪਰਿਵਾਰ ਨੂੰ ਸੈਟੀਸਫਾਈ ਕਰਾਓ ਜੀ ਤੇ ਹਾਲ ਦੀ ਘੜੀ ਪਰਿਵਾਰ ਸੈਟੀਸਫਾਈ ਆ ਤੇ ਗਵਰਨਮੈਂਟ ਨੂੰ ਬੇਨਤੀ ਕਰਦੇ ਆਂ ਵੀ ਕੋਈ ਪ੍ਰੈਸ਼ਰ ਐਸਾ ਨਾ ਪਾਇਆ ਜਾਵੇ ਕਿ ਉਹ ਜਿਹੇ ਹਿਸਾਬ ਨਾਲ ਟੀ ਚੱਲ ਰਹੀ ਹੈ ਉਹ ਮੂਵ ਹੋ ਜਾਏ। ਜੀ ਤੇ ਕੋਗੇ ਇਸ ਟਾਈਮ ਤੇ ਨਵੀਂ ਗਵਰਨਮੈਂਟ ਬਣੀ ਹੈ ਇਹਨਾਂ ਨੂੰ ਹਰੇਕ ਬੰਦੇ ਨੂੰ ਸੈਟੀਸਫਾਈ ਕਰਨਾ ਜ਼ਰੂਰੀ ਆ। ਜੀ ਕੋਈ ਬਹੁਤ ਆਸਾਂ ਆ ਸਾਡੇ ਤੇ। ਬਾਕੀ ਤੇ ਆਪਾਂ ਜੋ ਵੀ ਗਵਰਨਮੈਂਟ ਕਰ ਸਕਦੀ ਆ ਸਟੇਡੀਅਮ ਬਾਰੇ ਅਸੀਂ ਮੰਗਦੇ ਆਂ ਵੀ ਸੰਦੀਪ ਨੰਗਲੰਬੀਆਂ ਦੇ ਉੱਥੇ ਜਗਾ ਵੀ ਬੜੇ ਉੱਥੇ ਸਟੇਡੀਅਮ ਬਣੇ ਉਹਦੇ ਇਲਾਕੇ ਦੇ ਵਿੱਚ ਅੱਜ ਵੀ ਇੱਕ ਸਾਡੇ ਐਮਪੀ ਸਾਹਿਬ ਨਾਲ ਚੌਧਰੀ ਸਾਹਿਬ ਨੂੰ ਵੀ ਗੱਲ ਹੋਈ ਸੀ ਤੇ ਬਾਕੀ ਅਸੀਂ ਭਗਵੰਤਮਾਨ ਹੋਣਾ ਨੂੰ ਵੀ ਬੇਨਤੀ ਕਰਾਂਗੇ ਵੀ ਭਗਵੰਤ ਜੀ ਆਪਣੇ ਗਰਲਾਲ ਤਾਂ ਸਾਡਾ ਹੈ ਹੀ ਕਬੱਡੀ ਦਾ ਵੀਰ ਆ ਅਸੀਂ ਇਕੱਠੇ ਰਹਿੰਨੇ ਆ ਤੇ ਉਹ ਤਾਂ ਦਿਨ ਰਾਤ ਇੱਕ ਲੱਗ ਰਿਹਾ ਤੇ ਭਗਵੰਤ ਸਾਹਿਬ ਜੀ ਨੂੰ ਬੇਨਤੀ ਕਰਾਂਗੇ ਭਗਵੰਤਮਾਨ ਜੀ ਨੂੰ ਵੀ ਤੁਸੀਂ ਵੀ ਕੋਈ ਇੰਨੇ ਦਿਨ ਕਤਲ ਹੋ ਗਿਆ ਕੋਈ ਸਟੇਟਮੈਂਟ ਨਹੀਂ ਦਿੱਤੀ ਅਸੀਂ ਕੋਗੇ ਸਾਨੂੰ ਤੁਹਾਡੇ ਹਾਂ ਦੇ ਨਾਰਾ ਜ਼ਰੂਰੀ ਮਾਰਨ ਦੀ ਬੇਨਤੀ ਕਰਦੇ ਸਾਨੂੰ ਜੀ ਬਿਲਕੁਲ ਬਿਲਕੁਲ ਦੇਖੋ ਕਿਸੇ ਵੀ ਸਰਕਾਰ ਦਾ ਜਿਹੜਾ ਮੇਨ ਮੁੱਖ ਮੰਤਰੀ ਦਾ ਅਹੁਦਾ ਹੈ ਸਰਕਾਰ ਨੂੰ ਰਿਪਰੈਜ਼ੈਂਟ ਕਰਦਾ ਹੈ ਕਸੂਬੇ ਨੂੰ ਰਿਪਰੈਜ਼ੈਂਟ ਕਰਦਾ ਹੈ ਉਹਨਾਂ ਵੱਲੋਂ ਅਜੇ ਤੱਕ ਇਸ ਮਾਮਲੇ ਤੇ ਜਿਹੜੀ ਚੁੱਪੀ ਧਾਨ ਕੀਤੀ ਗਈ ਉਹਦਾ ਕਰਕੇ ਵੀ ਜਿਹੜੇ ਖੇਡ ਪ੍ਰੇਮੀ ਆ ਜਾਂ ਖੇਡ ਪ੍ਰਮੋਟਰ ਹੈਗੇ ਆ ਉਹਨਾਂ ਵਿੱਚ ਜਿਹੜੀ ਨਿਰਾਸ਼ਾ ਉਹ ਪਾਈ ਜਾਂਦੀ ਹੈਗੀ ਆ ਹੁਣ ਆਪਾਂ ਗੱਲ ਕਰੀਏ ਜੇ ਹੁਣ ਤੱਕ ਜਿਹੜੀ ਕਾਰਗੁਜ਼ਾਰੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਪਰਿਵਾਰ ਤੇ ਫੈਡਰੇਸ਼ਨ ਦੇ ਤਹਣਾ ਖੁਸ਼ ਆ ਸੋ ਫਾਰ ਹਾਲੇ ਤੱਕ ਅਸੀਂ ਜਦੋਂ ਪਹਿਲਾਂ ਤਾਂ ਪਰਿਵਾਰ ਦੇ ਹੀ ਐਸੈਟੀਸਫਾਈ ਜੋ ਪਰਿਵਾਰ ਸੈਟੀਸਫਾਈ ਤਸੀਂ ਸੈਟੀਸਫਾਈ ਜੀ ਬਾਕੀ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਵੀ ਅਸੀਂ ਤਾਂ ਇਹ ਮੰਗਦੇ ਆਂ ਵੀ ਜੋ ਵੀ ਸੰਦੀਪ ਦੀ ਯਾਦ ਦੇ ਵਿੱਚ ਚੀਜ਼ ਵਧੀਆ ਬਣਾ ਸਕੇ ਉਹੋ ਹੀ ਆ ਬਾਕੀ ਪਰਿਵਾਰ ਨੂੰ ਅਸੀਂ ਇੱਥੇ ਬੈਠੇ ਆਂ ਸਾਨੂੰ ਕੋਈ ਵੱਡੀ ਜ਼ਰੂਰਤ ਨਹੀਂ ਹੈਗੀ ਸੰਦੀਪ ਪਹਿਲਾਂ ਵੀ ਕਾਮਯਾਬ ਸੀ ਅਸੀਂ ਹੁਣ ਵੀ ਇਸ ਨਾਲ ਬੈਠੇ ਆ ਸਾਡਾ ਪਰਿਵਾਰ ਆ ਉਹ ਅਸੀਂ ਸੰਦੀਪ ਦੇ ਪਰਸਨਲ ਕੁਝ ਨਹੀਂ ਮੰਗ ਰਹੇ ਜੀ ਅਸੀਂ ਤਾਂ ਸਿਰਫ ਉਹਦੀ ਯਾਦਾਂ ਗਰਹਨ ਜੇ ਨਿਚਰ ਅਸੀਂ ਜੀਂਦੇ ਆ ਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਇਹੇ ਮੰਗ ਕਰਦੇ ਆ ਸਰਕਾਰ ਤੋਂ ਆਪਾਂ ਮੰਗ ਕਰ ਰਹੇ ਆ ਕੋਈ ਸਟੇਡੀਅਮ ਉਹਦੇ ਨਾਂ ਤੇ ਕੀਤਾ ਦੇ ਸਰਕਾਰੀ ਤੈਨੂੰ ਨਹੀਂ ਧਿਆਨ ਦਿੰਦੀ ਨਹੀਂ ਕਰਦੀ ਤਾਂ ਤੁਹਾਡੇ ਵੱਲੋਂ ਜਾਂ ਆਖੀ ਕਵਡਡੀ ਖਿਡਾਰੀ ਜਾਂ ਫੈਡਰੇਸ਼ਨਾਂ ਹੈਗੀਆਂ ਖੇਡ ਪ੍ਰਮੋਟਰ ਹੈਗੇ ਆ ਆਪਣੇ ਤੌਰ ਤੇ ਕੀ ਤੁਹਾਡੇ ਕੋਈ ਦਿਮਾਗ ਚ ਇਦਾਂ ਦੀ ਚੀਜ਼ ਹੋਵੇ ਇਹ ਸਾਡੇ ਆਲਰੇਡੀ ਗੱਲ ਚੱਲ ਰਹੀ ਆ ਜਿੱਦਾਂ ਸਾਰੇ ਸਾਡੀਆਂ ਜਿਹੜੇ ਸਾਡੇ ਗਰੁੱਪ ਦੇ ਫੈਡਰੇਸ਼ਨਾਂ ਆ ਜਾਂ ਚਾਹੇ ਕੈਨੇਡਾ ਆ ਚਾਹੇ ਇੰਗਲੈਂਡ ਆ ਚਾਹੇ ਟੋਰਾਂਟੋ ਆ ਤੇ ਸਾਨੂੰ ਬਹੁਤ ਬੰਦਿਆਂ ਦੇ ਫੋਨ ਆਏ ਆ ਵੀ ਤੁਸੀਂ ਕੀ ਕਰ ਰਹੇ ਹੋ ਕਿ ਇੱਕ ਕਾਲੀ ਚ ਨੇ ਅਸੀਂ ਕੋਈ ਐਸਾ ਨਹੀਂ ਸਟੈਪ ਲੈ ਕੇ ਬੋਲਣਾ ਮੰਗਦੇ ਵੀ ਅਸੀਂ ਆ ਕਰਾਂਗੇ ਪਰ ਅਸੀਂ ਇਹ ਜਰੂਰ ਵਾਦਾ ਕਰਦੇ ਆ ਪਹਿਲਾਂ ਤਾਂ ਗਵਰਨਮੈਂਟ ਅੱਗੇ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਕਰੋ ਜੇ ਬਿਲਕੁਲ ਨਾ ਹੋਇਆ ਸੀ ਐਨ ਆਰ ਆਈ ਆਪਣੀ ਮਰਜ਼ੀ ਨਾਲ ਥਰੰਬਿਕ ਚਾਹੇ ਸਾਨੂੰ ਖਰੀਦਣਾ ਪਵੇ ਚਾਹੇ ਪ੍ਰਾਪਰਟੀ ਖਰੀਦ ਕੇ ਜਿੰਨਾ ਵੀ ਪੈਸਾ ਲੱਗਦਾ ਅਸੀਂ ਐਨ ਆਰ ਆਈ ਨੂੰ ਲਾਵਾਂਗੇ ਮੇਨ ਮੁੱਦਾ ਤੇ ਕੀ ਹੈ ਸੁਰੱਖਿਆ ਦਾ ਖਿਡਾਰੀਆਂ ਦੀ ਸੁਰੱਖਿਆ ਕਿ ਮੈਂ ਆਪਾਂ ਮੈਚ ਦੇਖਦੇ ਆਂ देर रात ਬਹੁਤ ਸ਼ਾਮ ਕਈ ਵਾਰੀ ਹੋ ਜਾਂਦੀ ਹੈਗੀ ਆ ਖਿਡਾਰੀ ਇਕੱਲੇ ਇਕੱਲੇ ਤੌਰ ਤੇ ਆਪਣੇ ਬਾਕੀ ਜੇ ਤਾਂ ਗੇਮਰ ਨਾਲ ਕੰਪੈਰੀਸ਼ਨ ਕਰਦੇ ਆਂ ਕਰੈਕਟਰ ਦੇ ਮੈਚ ਹੁੰਦੇ ਆ ਉੱਥੇ ਸੁਰੱਖਿਆ ਦੇ ਪੂਖਤਾ ਪ੍ਰਬੰਧ ਕੀਤੇ ਜਾਂਦੇ ਹੈਗੇ ਆ ਖਿਡਾਰੀਆਂ ਨੂੰ ਇੱਕ ਬਕਾਇਦਾ ਇੱਕ ਜਗ੍ਹਾ ਜਿਹੜਾ ਬੱਸ ਦੇ ਥਰੂ ਲੈ ਕੇ ਜਾਂਦਾ ਪੂਰੀ ਸੁਰੱਖਿਆ ਦਿੱਤੀ ਜਾਂਦੀ ਹੈਗੀ ਆ ਕੀ ਆਉਣ ਵਾਲੇ ਭਵਿੱਖ ਵਿੱਚ ਖਿਡਾਰੀਆਂ ਦੀ ਸੁਰੱਖਿਆ ਵਾਸਤੇ ਕੋਈ ਸਰਕਾਰ ਤੋਂ ਇਹੋ ਜਿਹੇ ਪ੍ਰਬੰਧਾਂ ਦੀ ਆਪਾਂ ਆਸ ਕਰਦੇ ਆਂ ਅਸੀਂ ਇਹਦੇ ਵਿੱਚ ਥੋੜਾ ਜਿਹਾ ਸਰਕਾਰ ਦਾ ਵੀ ਇੰਨਾ ਵੱਡਾ ਫੌਲ ਨਹੀਂ ਹੈਗਾ ਇਹਦੇ ਵਿੱਚ ਸਾਡੀ ਟੂਰਨਾਮੈਂਟ ਕਮੇਟੀਆਂ ਤੇ ਸਾਡੇ ਪਲੇਅਰਾਂ ਦੇ ਵਿੱਚ ਵੀ ਹੈਗਾ ਕੋਈ ਇਹ ਟਾਈਮ ਨਾਲ ਨਹੀਂ ਪਹੁੰਚਣਾ ਕਿਉਂਕਿ ਜੇ ਟਾਈਮ ਨਾਲ ਪਹੁੰਚੋ ਟਾਈਮ ਨਾਲ ਮੈਚ ਹੋਣ ਤੇ ਤੁਸੀਂ ਟਾਈਮ ਨਾਲ ਘਰ ਆ ਸਕਦੇ ਆ ਜੀ ਅਸੀਂ ਇਹ ਪੁਹਿਖ ਦੇ ਵਿੱਚ ਇਹ ਇਹ ਜ਼ਰੂਰ ਸੋਚਾਂਗੇ ਵੀ ਜਿਹੜੀਆਂ ਸਾਡੀਆਂ ਗਲਤੀਆਂ ਸੀ ਉਹਨਾਂ ਨੂੰ ਅਸੀਂ ਪਹਿਲਾਂ ਆਪਣੇ ਸੁਧਰਗੇ ਕਿਉਂਕਿ ਇਹ ਜਿਹੜੇ ਟੂਰਨਾਮੈਂਟ ਲੇਟ ਹੋਣ ਦੀ ਵਜ੍ਹਾ ਆ ਉਹ ਕਮੇਟੀਆਂ ਤੇ ਪਲੇਅਰਾਂ ਦਾ ਫੌਲ ਹੈ ਉਹ ਚ ਸਰਕਾਰ ਦਾ ਕੋਈ ਨਹੀਂ ਹੈਗਾ ਫੌਲ ਏਸਨ ਸਾਡੇ ਨਾਲ ਬਲਜੀਤ ਸਿੰਘ ਸੰਧੂ ਜੀ ਜਿਨ੍ਹਾਂ ਨੇ ਵਿਸਤਾਰਪੂਰਵਕ ਜਿੱਥੇ ਮੌਜੂਦਾ ਕਬੱਡੀ ਦੇ ਜਿਹੜੇ ਹਾਲਾਤ ਹੈਗੇ ਆ ਉਹਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਆ ਸੁਰੱਖਿਆ ਦੇ ਜਿਹੜੇ ਜੁੜੇ ਸਵਾਲ ਹੈ ਉਹਨਾਂ ਨਾਲ ਉਹਨਾਂ ਦੇ ਸਾਨੂੰ ਸਵਾਲਾਂ ਦੇ ਉਹਨਾਂ ਨੇ ਜਵਾਬ ਦਿੱਤੇ ਹੈਗੇ ਆ ਸੰਧੂ ਸਾਹਿਬ ਪਹਿਲਾਂ ਆਖਰੀ ਆਖਰ ਵਿੱਚ ਤੁਹਾਨੂੰ ਮੈਂ ਕੀ ਸੰਦੇਸ਼ ਦੇ ਕਿਉਂਕਿ ਜਿਹੜਾ ਇਸ ਵੇਲੇ ਦੀ ਸਥਿਤੀ ਹੈਗੀ ਆ ਬਹੁਤ ਨਾਜ਼ੁਕ ਸਥਿਤੀ ਹੈਗੀ ਇਥੋਂ ਮੋੜ ਉਵਾੜ ਕੇ ਕਬੱਡੀ ਨੂੰ ਮੋੜ ਜਿਹੜਾ ਸਿਖਰ ਤੇ ਲੈ ਕੇ ਜਾਣਾ ਇੱਕ ਸਾਰਿਆਂ ਵਾਸਤੇ ਚੁਣੌਤੀ ਖਿਡਾਰੀਆਂ ਵਾਸਤੇ ਵੀ ਆ ਪ੍ਰੋਮੋਟਰਾਂ ਵਾਸਤੇ ਵੀ ਆ ਜਿੰਨੀਆਂ ਵੀ ਸੰਸਥਾਵਾਂ ਕਿਉਂਕਿ ਮੇਰੇ ਧਿਆਨ ਇਸ ਲਈ ਹੱਪ ਤੇ ਇਹ ਗੱਲ ਤੇ ਇਹ ਕੋਟੋ-ਕਟ 11 ਲੱਖ ਬੰਦਾ ਪੰਜਾਬ ਦੇ ਵਿੱਚ ਜਾਂ ਆਲ ਅਰਾਊਂਡ ਦਾ ਵਰਲਡ ਕਬੱਡੀ ਨਾਲ ਡਾਇਰੈਕਟ ਜੁੜਿਆ ਆ ਜਿਹੜਾ ਤੇ ਰੋਜੀ ਰੋਟੀ ਕਮਾ ਰਿਹਾ ਹੈਗਾ ਇੱਕ ਬਹੁਤ ਵੱਡਾ ਇੱਕ ਇਹ ਖੇਡ ਹੈਗੀ ਆ ਤੇ ਇਥੋਂ ਮੋੜ ਕੇ ਉਭਾਰ ਕੇ ਲੈ ਕੇ ਜਾਣਾ ਕਬੱਡੀ ਨੂੰ ਸਾਰਿਆਂ ਵਾਸਤੇ ਇੱਕ ਚੁਣੌਤੀ ਵੀ ਹੈ ਕੀ ਤੁਹਾਡੇ ਵੱਲੋਂ ਸੰਦੇਸ਼ ਹੈ ਕਿ ਕੀ ਕਹਿਣਾ ਚਾਹੋਗੇ ਇੱਥੇ ਮੈਂ ਪਹਿਲਾਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਨਗੇ ਕਿ ਕਬੱਡੀ ਨੂੰ ਆਪਾਂ ਕਿਹਨੇ ਮਾਂ ਜੀ ਤੇ ਇਹਨੂੰ ਖੇਡ ਭਾਵਨਾ ਨਾਲ ਖੇਡੋ ਜੀ ਜੇ ਕੋਈ ਪਲੇਅਰ ਤਗੜਾ ਹੁੰਦਾ ਤਾਂ ਗ੍ਰੇਡ ਵਾਲੇ ਪਲੇਅਰ ਨਵੇਂ ਆਉਟਦੇ ਆ ਜਾਂ ਕੋਈ ਨਹੀਂ ਬਰਾਬਰ ਖੇਡ ਸਕਦੇ ਉਹਨਾਂ ਜੈਲਸ ਨਾ ਕਰੋ ਮਿਹਨਤ ਕਰੋ ਤਗੜੇ ਹੋ ਵੀ ਮੈਂ ਵੀ ਇੱਦੇ ਵਰਗਾ ਬਣਨਾ ਏਦਾਂ ਹੀ ਟੂਰਨਾਮੈਂਟ ਕਮੇਟੀਆਂ ਜਾਂ ਫੈਡਰੇਸ਼ਨਾਂ ਨੂੰ ਜੇ ਤੋਂ ਸਾਡੇ ਵਿੱਚ ਨਾ ਦੂਸਰਿਆਂ ਦੇ ਕੋਈ ਜ਼ਿਆਦਾ ਕਾਮਯਾਬ ਹੋ ਗਿਆ ਉੱਥੇ ਉਹਦੇ ਨਾਲ ਫਿਜ਼ੀਕਲੀ ਮੁਕਾਬਲਾ ਕਰਨ ਵਾਸਤੇ ਆਪਣੇ ਆਪ ਨੂੰ ਤਿਆਰੀ ਕਰੋ ਨਾ ਕਿ ਆ ਜਿਹੜਾ ਹੈਪਨ ਹੋਇਆ ਇਹ ਹੈਪਨ ਹੋਣ ਮੈਂ ਤਾਂ ਕਿੰਨਾ ਚਾਹੇ ਸਾਡੇ ਫੈਡਰੇਸ਼ਨ ਦਾ ਹੋਵੇ ਚਾਹੇ ਦੂਸਰੀ ਫੈਡਰੇਸ਼ਨ ਹੋਵੇ ਚਾਹੇ ਸਾਡਾ ਕਲੱਬ ਹੋਵੇ ਚਾਹੇ ਕਿਸੇ ਦਾ ਕਲੱਬ ਹੋਵੇ ਹਾ ਗੋ ਮੰਦ ਭਾਗੀ ਘਟਨਾ ਵਾਪਰੀ ਆ ਕਿਸੇ ਦੇ ਨਾਲ ਨਾ ਵਰਤੇ ਕਿਉਂਕਿ ਦੁੱਖ ਦੇਖਿਆ ਨਹੀਂ ਜਾਂਦਾ ਉਹ ਕਹਿੰਦੇ ਦੇਖੋ ਨਿਗ ਨਿਗੇ ਨਿਆਣੇ ਆ ਉਹਦੀ ਵਾਈਫ ਆ ਤੇ ਬਾਕੀ ਮਾਪੇ ਭੈਣ ਭਰਾ ਦੇਖਣ ਜਾਂਦਾ ਇਹ ਹੀ ਮੈਂ ਪ੍ਰਮਾਤਮਾ ਅਗੇ ਬੇਨਤੀ ਕਰਦਾ ਅਰਦਾਸ ਕਰਦਾ ਇਹ ਕਿਸੇ ਦੇ ਨਾਲ ਵੀ ਇਹ ਘਟਨਾ ਨਾ ਹੋਵੇ ਬਿਲਕੁਲ ਜੀ ਇਹੋ ਜਿਹੇ ਹਾਲਾਤ ਕਬੱਡੀ ਨੂੰ ਮੋੜ ਕਦੇ ਨਾ ਦੇਖਣੇ ਪੈਣ ਕਿਸੇ ਖਿਡਾਰੀ ਦੀ ਯਹੀ ਸਾਨੂੰ ਮੋੜ ਕੇ ਖਬਰ ਜਿਹੜੀ ਆ ਉਹ ਨਾਂ ਜਿਹੜੀ ਆ ਉਹ ਦੇਖਣ ਸੁਣਨ ਨੂੰ ਮਿਲੇ ਤੋਂ ਇਹਨਾਂ ਸਾਰੇ ਸਵਾਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇਹ ਕਬੱਡੀ ਦਾ ਮਹਾਨ ਖਿਡਾਰੀ ਸੰਦੀਪ ਨੰਗਲ ਅੰਮੀਆ ਇਹੋ ਜਿਹੇ ਜਿਹੜੇ ਪੁੱਤ ਤੇ ਇਹੋ ਜਿਹੇ ਖਿਡਾਰੀ ਆ ਕਿਤੇ ਸਾਲਾਂ ਬਾਅਦ ਦਹਾਕਿਆਂ ਬਾਅਦ ਹੀ ਜਾ ਕੇ ਦੀ ਇਹ ਸਦੀਆਂ ਬਾਅਦ ਹੀ ਪੈਦਾ ਹੁੰਦੇ ਆ ਪਰਮਾਤਮਾ ਲੋਕਾਂ ਨੂੰ ਵੀ ਸਮੱਤ ਬਖਸ਼ੇ ਇਹੋ ਜਿਹੇ ਜਿਹੜੇ ਪਾਪ ਨਾ ਕਮਾਉਣ ਤੇ ਇਹੋ ਜਿਹੇ ਜਿਹੜੇ ਖਿਡਾਰੀ ਆ ਜਾਂ ਕਿਸੇ ਵੀ ਖੇਤ ਦੇ ਕਿਸੇ ਮਾਂ ਦਾ ਪੁੱਤ ਕਿਸੇ ਦਾ ਵੀਰ ਕਿਸੇ ਦਾ ਪਤੀ ਤੇ ਕਿਸੇ ਦਾ ਪਿਤਾ ਇਹੋ ਕਿਸੇ ਨੂੰ ਖੋਣ ਦਾ ਹੱਕ ਨਹੀਂ ਹੈਗਾ ਤੇ ਪਰਮਾਤਮਾ ਸਭ ਨੂੰ ਸਮੱਤ ਬਖਸ਼ੇ ਪਰਮਾਤਮਾ ਸਾਭ ਦੇ ਮੇਰਾ ਪਰੇ ਹੱਥ ਰੱਖੇ ਇਹਨਾਂ ਸਾਰੇ ਸ਼ਬਦਾਂ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ